راكو سرناي
ਪਰ ਜਿਹਦਾ ਇੱਕੋ ਹੀ ਤਾਰਾ ਉਹ ਤੇ ਬੋਲਣਾ ਪਊਗਾ ਨਾ
ਗੁਰੂ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਤੇ ਫਿਰ ਇੱਕੋ ਦਰ ਵਾਲੇ ਦੇ ਚਰਨਾਂ ਚ ਹੀ ਹੋਣਗੀਆਂ, ਹੋਰ ਕਿਤੇ ਨਹੀਂ ਹੋਣਗੀਆਂ। ਔਰ ਮਾਫ ਕਰਨਾ ਸੁੱਖ ਕਿਹਦੇ ਲਈ ਚਾਹੀਦਾ ਹੈ? ਪਰ ਦੂਜੇ ਪਾਸੇ ਕਹਿੰਦੇ ਨੇ ਸਤਿਗੁਰ ਜੀ ਸੁੱਖ ਨਾਹੀ ਰੇ ਹਰ ਭਗਤ ਕਣਾ ਆਖੋ ਸਤਨਾਮ। ਜਿਵੇਂ ਕਹਿੰਦੇ ਨਾ ਅੰਮ੍ਰਿਤ ਵੇਲਾ ਹੋ ਗਿਆ ਭਾਈ, ਨਾਮ ਜਪਣ ਦਾ ਵੇਲਾ ਆ। ਅੰਮ੍ਰਿਤ ਵੇਲਾ ਉੱਠ ਕੇ ਨਾਮ ਜਪਿਆ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕੈਸਾ ਆਨੰਦ ਬਣਦਾ ਹੈ। ਔਰ ਮਾਲਕ ਜੀ ਕਹਿੰਦੇ ਨੇ ਜੇ ਸੁੱਖ ਚਾਹੀਦੇ ਨੇ ਤੇ ਭਗਤੀ ਕਰਨੀ ਪੈਣੀ ਆ, ਭਗਤੀ ਕਰ ਰਹੇ ਹਾਂ ਆਪਾਂ। ਦੇਖੋ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਬੈਠੇ ਨੇ, ਬੀਬੀਆਂ ਘਰ ਦੇ ਕੰਮ ਕਾਰ ਛੱਡ ਕੇ ਬੈਠੇ ਨੇ। ਕੀ ਕਰਨ ਵਾਸਤੇ ਆਏ ਆ? ਇਬਾਦਤ ਕਰਨ ਵਾਸਤੇ ਆਏ ਆ, ਭਗਤੀ ਕਰਨ ਵਾਸਤੇ ਆਏ ਆ। ਇੱਥੇ ਬਹਿ ਕੇ ਵੀ ਸਰੀਰ ਇੱਥੇ ਬੈਠਾ, ਮਨ ਪਤਾ ਨਹੀਂ ਕਿੱਥੇ ਉਡਾਰੀਆਂ ਮਾਰਦਾ ਤੇ ਆਇਆ ਪ੍ਰਮਾਣ ਨਹੀਂ ਦੇ ਹੋਣਾ। ਇੱਥੇ ਮਨ ਦੀਆਂ ਹਾਜ਼ਰੀਆਂ ਪ੍ਰਮਾਣ ਨਹੀਂ। ਉਸ ਸਕੂਲ ਦੀ ਕਲਾਸਾਂ ਦੇ ਵਿੱਚ ਫਿਜ਼ੀਕਲੀ ਅਟੈਂਡੈਂਸ ਚੈੱਕ ਹੁੰਦੀ ਹੈ, ਇੱਥੇ ਪਰਮਾਤਮਾ ਨੇ ਸਾਡੀ ਆਤਮਾ ਦੀ ਅਟੈਂਡੈਂਸ ਚੈੱਕ ਕਰਨੀ ਵੀ ਇੱਥੇ ਹੈ ਕਿ ਨਹੀਂ। ਦੱਸੋ ਜੀ ਮਨ ਇੱਥੇ ਹਾਜ਼ਰ ਹੈ ਤਾਂ ਗੱਲ ਬਣਨੀ ਹੈ। ਵਾਹਿਗੁਰੂ ਕਿਰਪਾ ਕਰੇ, ਸਾਰੀਆਂ ਸੰਗਤਾਂ ਪੜਿਓ। ਉਸ ਦਰ ਤੋਂ ਇਲਾਵਾ, ਇਸ ਗੁਰੂ ਦੇ ਦਰ ਤੋਂ ਇਲਾਵਾ ਸਾਡਾ ਕੋਈ ਦਰ ਨਹੀਂ ਜਿੱਥੇ ਅਸੀਂ ਬੇਨਤੀਆਂ ਕਰ ਸਕਦੇ ਹਾਂ। ਸਾਰੀ ਸੰਗਤ ਜੇਬਾਂ ਨਾਲ ਗੁਰੂ ਰਾਮਦਾਸ ਨੂੰ ਹਾਜ਼ਰ ਨਾਜ਼ਰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਿਓ। ਮੈਂ ਹੋਰ ਆ
अपनी मेहर कर अपनी मेहर सबे जी समान अपनी मेहर कर सबे जी समान ओ अपनी मेहर कर अपनी मेहर कर पढ़ो वाह वाह अपनी मेहर कर वाहेगुरु वाहेगुरु सतगुरु है जिहड़ा सारे गुनाहों की माफी दे दिंदा है परमात्मा के नाम नूं जप के सारिया माफिया लैतियां जा सकदियां ने पर नाम जपिए भी तो सही मैं कल परसों सोच रहा देखो असीं कहिंदे आ वी सवेरे नित्नेम करदा शामी रहरस करदी राती सोहिला पड़दा दिस इज मोर देन सफिशिएंट बहुत हो गया कई तो 10 मिंट 5 मिंट दुआरे मत्था टेक के कहिंदे ने चलो जी सारे दिन का साडा काम मुक हो गया इदां ही है ना पर देखो 6 घंटिया बाद शरीर नूं भुख लग जांदी है 6 घंटिया बाद शरीर नूं कुछ खाण दी जरूरत पै जांदी है पर गुरबाणी कहिंदी है नाम स्वास स्वास जप को सतनाम कहिंदे ने 6 घंटे तो बड़ी दूर की गल है अगले पल तैनूं नाम जपण दी लोड़ है साडी आत्मा नूं कितनी भुख है नाम दी पर असीं उहनूं उहनूं कितनी को दी उहनूं दे रहे हां उहदी डाइट आत्मा नूं नाम दी डाइट कितनी को दे रहे हां जपदे पढ़ते ही नहीं सुनते ही नहीं पर माड़े पासे ध्यान ठगियां ठौरियां चुगलियां निंदिया इहो जिहियां चीज़ां विच साडा ध्यान जुड़िया पिया सतगुरु जी सबे जी संभाल अपनी मेहर कर मेरे जीवन का कुछ नहीं पता कहां फसासा इत भांडे का इतना कला के ठटका हर बिन कौन सहाय मन मेरे मन का सच्चा मित्र कौन है आखो सतनाम श्री वाहिगुरु आओ ले वो कंठ लगाए Bye.
ਸਤਨਾਮ ਮੈਂ ਅੰਤ ਲੈ ਕੇ ਤੇਰਾ ਨਾਮ
ਸੰਗਤ ਵਿੱਚ ਕੀਰਤਨ ਕਰਨਾ ਬੜਾ ਸੌਖਾ ਹੁੰਦਾ ਪਰ ਜਦੋਂ ਅਖੀਰ ਦਾ ਸਮਾਂ ਆਉਂਦਾ ਨਾ ਫਿਰ ਸੰਗਤ ਨੂੰ ਬਿਠਾਉਣਾ ਉਨਾ ਹੀ ਔਖਾ ਹੁੰਦਾ ਹੈ ਆਖੋ ਸਭ ਸੁਣਾ ਸੰਗਤ ਵਿੱਚ ਬੜੇ ਕੀਰਤਨੀਏ ਕੀਰਤਨ ਕਰਦੇ ਨੇ ਪਰ ਮੈਨੂੰ ਚੰਗਾ ਵੀ ਲੱਗਦਾ ਅਖੀਰ ਵਿੱਚ ਉਹੀ ਸਰੋਤੇ ਰਹਿ ਜਾਂਦੇ ਨੇ ਸੰਗਤਾਂ ਰਹਿ ਜਾਂਦੀਆਂ ਹੁੰਦੀਆਂ ਨੇ ਸੱਚੀ ਵਿੱਚ ਕੀਰਤਨ ਦੀ ਭੁੱਖ ਭਰੇ ਮੇਲੇ ਤੇ ਸਾਰੇ ਛੱਡ ਕੇ ਚਲੇ ਜਾਂਦੇ ਨੇ ਪਰ ਅਖੀਰ ਵਿੱਚ ਉਹੀ ਸੰਗਤਾਂ ਬਹਿੰਦੀਆਂ ਨੇ ਜਿਹੜੇ ਕੀਰਤਨ ਦੀਆਂ ਕੀਰਤਨ ਦੇ ਰਸੀਏ ਹੁੰਦੇ ਨੇ ਕੀਰਤਨ ਦੇ ਭੁੱਖੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਨਾਮ ਕੇ ਵਪਾਰੀ ਵਾਹ ਵਾਹ ਗੋਬਿੰਦ ਸਿੰਘ ਸ਼ਬਦ ਸੁਣ ਕੇ ਜਾਣਾ ਆਖੋ ਸਰਸਰਾ ਤੋ ਪਾਤਸ਼ਾਹ ਜੀ ਦੀ ਬੜੀ ਕਿਰਪਾ ਦਰਬਾਰ ਸਾਹਿਬ ਤੋਂ ਅਰਦਾਸੀਏ ਸਿੰਘ ਆਏ ਸਰਕਾਰ ਜੋਗ ਸਾਹਿਬ ਇਹਨਾਂ ਦੀ ਆਮਦ ਤੇ ਜਕਾਰਾ ਸਾਰੀ ਸੰਗਤ ਨਾਲੇ ਸਾਨੂੰ ਥੋੜੀ ਚੁਸਤੀ ਮਿਲ ਜਾਏਗੀ ਸਾਰੇ ਗੱਜ ਕੇ ਜਵਾਬ ਦਿਓ ਜੀ ਬੋਲੇ ਸੋ ਨਿਹਾ ਵਾਹ ਸਤਿ ਸੱਚੇ ਪਾਤਸ਼ਾਹ ਕਿਰਪਾ ਕਰ ਆਓ ਆਓ ਹੁਣ ਕੀਰਤਨ 10 ਮਿੰਟ ਹੋਰ ਕਰਨਾ ਹਰ ਕੇ ਨਾਮ ਕੇ ਵਪਾਰੀ ਔਰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰਿਆਂ ਨੇ ਸ਼ਬਦ ਸੁਣ ਕੇ ਅਰਦਾਸ ਸੁਣ ਕੇ ਜਾਣਾ ਹੈ ਸਾਨੂੰ ਆਗਿਆ ਦੇ ਦਿਓ ਅਸੀਂ ਅਮਨ ਅਮਨੇ ਫਿਰ ਕੀਰਤਨ ਤੇ ਬਾਹਰ ਨਿਕਲਣਾ ਹੈ ਤੋ ਪਾਤਸ਼ਾਹ ਬਖਸ਼ਿਸ਼ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਬਹੁਤ ਬਹੁਤ ਸ਼ਬਦ ਪੱਪੜੇ ਮੈਂ ਅੰਤ ਲੇਖੀ ਟੇਕ ਤੇਰਾ ਨਾਮ ਖੁੰਦਕਾਰਾ ਕਹਿੰਦੇ ਮੇਰੇ ਅੰਨੇ ਦਾ ਸਹਾਰਾ ਕੌਣ ਹੈ ਸੱਚੇ ਪਾਤਸ਼ਾਹ ਤੁਹਾਡਾ ਨਾਮ ਆਖੋ ਸਤਨਾਮ ਜਦੋਂ ਇਨਸਾਨ ਵਿਪਤਾ ਚ ਫਸਿਆ ਹੁੰਦਾ ਨਾ ਜੀ ਤੇ ਮਾਫ ਕਰਨਾ ਨਾ ਘਰ ਵਾਲੀ ਕੋਲ ਨਾ ਬੱਚੇ ਕੋਲ ਫਿਰ ਕਿਹਦਾ ਸਹਾਰਾ ਹੁੰਦਾ ਜੀ ਸਾਨੂੰ ਆਖੋ ਸਤਨਾਮ ਨਾਮ ਦਾ ਸਹਾਰਾ ਹੁਣ ਮਾਂ ਘਰ ਦੇ ਵਿੱਚ ਤੇ ਬੱਚੇ ਦਾ ਧਿਆਨ ਰੱਖ ਲੇਗੀ ਜਦ ਬੱਚਾ ਘਰੋਂ ਬਾਹਰ ਨਿਕਲ ਗਿਆ ਫਿਰ ਕਿਹੜੀ ਮਾਂ ਤੇ ਕਿਹੜਾ ਪਿਓ ਧਿਆਨ ਰੱਖੇਗਾ ਫਿਰ ਮਾਂ ਹੀ ਅਰਦਾਸ ਗੁਰੂ ਨਾਨਕ ਦੇ ਚਰਨਾਂ ਚ ਕਰਦੀ ਗੁਰੂ ਰਾਮਦਾਸ
ਮੇਰੇ ਬੱਚੇ ਦਾ ਸਹਾਰਾ ਬਣ ਕੇ ਦੇ ਨਾਲ ਵਰਤਨ ਆਖੋ ਸਤਨਾਮ ਤੋ ਮੈਂ ਅੰਤਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਭਗਤ ਨਾਮਦੇਵ ਜੀ ਕਹਿੰਦੇ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ ਤੇਰੇ ਨਾਮ ਦਾ ਆਧਾਰ ਹੈ ਮੇਰੀ ਜ਼ਿੰਦਗੀ ਦੇ ਵਿੱਚ ਹੋਰ ਕੁਛ ਨਹੀਂ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਮੈਂ ਫਿਰ ਬੇਨਤੀ ਕਰਾਂ ਸਰੀਰ ਦੀ ਭੁੱਖ ਤਾਂ ਫਿਰ 6 ਘੰਟੇ ਬਾਅਦ ਲੱਗਦੀ ਨਾਮ ਤੇ ਅਗਲੇ ਪਲ ਜਪਣਾ ਪੈਂਦਾ ਆਖੋ ਸਤਨਾਮ ਨਾਮ ਇੱਕ ਐਸੀ ਚੀਜ਼ ਹੈ ਵਾਹਿਗੁਰੂ ਇੱਕ ਐਸਾ ਸ਼ਬਦ ਹੈ ਜਿਹੜੀ ਉਸਤ ਜਿਹੜਾ ਵਡਿਆਈ ਉਹਦਾ ਕਰੇ ਉਹਦੀ ਕਰੇਗਾ ਉਹੀ ਰਹਿ ਸਕਦਾ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈ ਜੇ ਪਹਿਲੇ ਜੇ ਦਾ ਮਤਲਬ ਕਹਿੰਦੇ ਜਿਹੜੀਆਂ ਵਸਤੂਆਂ ਮੰਗੋਗੇ ਤੁਹਾਨੂੰ ਮਿਲ ਜਾਣਗੀਆਂ ਉਸ ਜੇ ਦਾ ਮਤਲਬ ਹੈ ਜਿਹੜੀਆਂ ਵਸਤੂਆਂ ਅਗਲੇ ਜੇ ਦਾ ਮਤਲਬ ਹੈ ਜੇ ਨਾਮ ਚਿਤ ਲਾਈਐ ਇਫ ਯੂ ਰਿਸਾਈਟ ਦੈਟ ਗੋਡ ਜੇ ਪਰਮਾਤਮਾ ਦੇ ਨਾਮ ਨੂੰ ਜਪੋਗੇ ਮਾਫ ਕਰਨਾ ਪਾਤਸ਼ਾਹ ਜੀ ਦਾ ਬਖਸ਼ ਕੀਤਾ ਹੋਇਆ ਇਹ ਵਾਹਿਗੁਰੂ ਸ਼ਬਦ ਇੱਕ ਐਸਾ ਸ਼ਬਦ ਹੈ ਜਿਹੜੀ ਸਾਡੀ ਜੇਬਾਂ ਤੇ ਕੀ ਸਾਡਾ ਮਨ ਵੀ ਹਰ ਵੇਲੇ ਜਪ ਸਕਦਾ ਆਖੋ ਸਤਨਾਮ ਆਓ ਬੜੇ ਪਿਆਰ ਨਾਲ ਸਾਰੀ ਸੰਗਤ ਕਰੀਏ ਜੀ ਕਿਰਪਾ ਮੈਂ ਤੁਹਾਡਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਜਿਹੜੀਆਂ ਸੰਗਤਾਂ ਇੰਨੇ ਸਮੇਂ ਤੋਂ ਮੇਰੀ ਬੇਨਤੀ ਨੂੰ ਪ੍ਰਵਾਨ ਕੀਤੀ ਮੈਂ ਫਿਰ ਬੇਨਤੀ ਕਰਾਂ ਪੰਡਾਲ ਭਰੇ ਵਿੱਚ ਹਰ ਕੀਰਤ ਦੀਆਂ ਕੀਰਤਨ ਕਰ ਲੈਂਦਾ ਜੀ ਪਰ ਮਾਫ ਕਰਨਾ ਜਦੋਂ ਅਖੀਰਲਾ ਸਮਾਂ ਹੁੰਦਾ ਨਾ ਪਤਾ ਹੁੰਦਾ ਸੰਗਤ ਨੇ ਹੁਣ ਉੱਠ ਕੇ ਜਾਣਾ ਹੈ ਤੇ ਉਸ ਸਮੇਂ ਦੌਰਾਨ ਕੀਰਤਨ ਕਰਨਾ ਬੜਾ ਔਖਾ ਹੁੰਦਾ ਪਰ ਕੁਦਰਤੀ ਸਬਬ ਮੇਰਾ ਇਦਾਂ ਦਾ ਬਣਦਾ ਮੈਨੂੰ ਅਖੀਰਲਾ ਮੈਨੂੰ ਲੱਗਦਾ ਮੇਰੀ ਆਵਾਜ਼ ਵਿੱਚ ਕੋਈ ਜ਼ਿਆਦਾ ਲਾਊਡਨੈਸ ਹੈ ਉਹ ਕਹਿੰਦੇ ਨੇ ਕਿ ਜੋਸ਼ ਆਏਗਾ ਪਰ ਉਹ ਜੋਸ਼ ਹੀ ਕਹਿੰਦਾ ਜੇ ਸੰਗਤਾਂ ਵਿੱਚ ਉੱਠ ਕੇ ਚੱਲ ਜਾਣ ਫਿਰ ਮੈਨੂੰ ਬੇਨਤੀ ਇਹ ਕਰਨੀ ਪੈਂਦੀ ਹੈ ਵੀ ਤੁਸੀਂ ਬੈਠੇ ਰਹੇ ਹੋ ਬੈਠੇ ਰਹੇ ਤੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਰੀਆਂ ਸੰਗਤਾਂ ਹੁਣ ਤੱਕ ਬੈਠੀਆਂ ਹੋਈਆਂ ਸੱਚੀ ਮੁੱਚੀ ਪਿਆਰੇ ਪਿਆਰੇ ਹੋ ਝੋਲੀਆਂ ਵੀ ਭਰ ਗਈਆਂ ਗੁਰੂ ਰਾਮਦਾਸ ਦੀਆਂ ਬਖਸ਼ਾਂ ਹਮ ਆਪ ਨੂੰ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਜ ਕਿਥੈ ਬਿਖਾਈ ਦੇਖੋ ਇੱਕ ਸਾਡਾ ਸਿਸਟਮ ਤੇ ਇਦਾਂ ਬਣ ਗਿਆ ਵੀ ਜ਼ਹਿਰ ਖਾ ਰਹੇ ਹਾਂ ਅੰਮ੍ਰਿਤ ਛੱਡ ਕੇ ਤੇ ਤੁਸੀਂ ਅੰਮ੍ਰਿਤ ਛਕਣ ਵਾਸਤੇ ਬਹਿ ਗਏ ਹੋ ਆਖੋ ਸਤਨਾਮ ਇਹ ਪਾਣੀ ਅੰਮ੍ਰਿਤ ਹੈ ਇੱਥੋਂ ਬਾਹਰ ਜਾਓਗੇ ਨਿੰਦਿਆ ਚੁਗਲੀ ਜ਼ਹਿਰ ਹੈ ਤੇ ਜਾਰ ਜਿਹੜੇ ਬਾਹਰ ਚਲੇ ਗਏ ਉਹ ਸ਼ੁਰੂ ਹੋ ਗਏ ਉਹਨੇ ਜ਼ਹਿਰ ਖਾਣ ਵਾਸਤੇ ਪਰ ਸਟਿਲ ਅਸੀਂ ਅੰਮ੍ਰਿਤ ਛਕ ਰਹੇ ਹਾਂ ਆਖੋ ਸਤਨਾਮ ਆਓ ਸਾਰੀਆਂ ਸੰਗਤਾਂ ਕਰੀਏ ਹੀਰਾ ਸੰਸਾਰੀ ਜੀ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਨਾਮ ਕੇ ਵਪਾਰੀ ਹਰ ਨਾਮ ਕੇ ਵਪਾਰੀ ਸਾਰੀ ਸੰਗਤ ਬੋਲੋ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ
ਸੇਵਾ ਕਰਦੇ ਇਹਨਾਂ ਦੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਤਰੱਕੀਆਂ ਬਖਸ਼ਣ ਸਾਊਂਡ ਵਾਲੇ ਵੀ ਇਹਨਾਂ ਦਾ ਵੀ ਧੰਨਵਾਦ।